ਤੇ ਬੁੱਢੇ ਬਾਰੇ ਬਾਪੂ ਬਲਵੀਰ ਸਿੰਘ ਅੱਜ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਆ। ਬਾਪੂ ਪੰਜ ਭਤੀਜੇ ਆ ਮੇਰੇ, ਲੁਧਿਆਣੇ ਸ਼ਹਿਰ 'ਚ ਮੇਰਾ ਭਰਾ ਰਹਿੰਦਾ, ਉਹਨਾਂ ਨੇ ਮੈਨੂੰ ਘਰੋਂ ਕੱਢਤਾ। ਉਹ ਕਹਿੰਦੇ ਵੀ ਅਸੀਂ ਤੈਨੂੰ ਰੱਖ ਨਹੀਂ ਸਕਦੇ। ਕੁਛ ਨਹੀਂ ਕੀਤਾ ਮੈਂ ਕੰਮ। ਤੇ ਰੋਟੀ ਪਾਣੀ ਕਿੱਥੋਂ ਖਾਂਦਾ ਸੀ? ਰੋਟੀ ਵੀ ਨਹੀਂ ਖਾਂਦਾ ਸੀਗਾ, ਰੋਟੀ ਦੇ ਦਿੰਦਾ ਖਾ ਲੈਂਦਾ ਸੀ, ਨਾਨੀ ਮੈਂ ਤੁਰ ਪੈਂਦਾ ਸੀ। ਬਲਦੇਵ ਸਿੰਘ ਰਹਿੰਦਾ ਸੀਗਾ, ਉਹਨੇ ਮੈਨੂੰ ਉਹ ਕਹਿੰਦਾ ਤੂੰ ਸਾਡੇ ਘਰ ਨਾ ਆਇਆ ਕਰੇ, ਤੈਨੂੰ ਅਸੀਂ ਰੋਟੀ ਨਹੀਂ ਦੇਣੀ ਹੈਗੀ। ਭਰਾ ਕਹਿੰਦਾ ਆ ਅੱਜ ਕੋਈ ਵੀ ਇੱਕ ਬੰਦਾ ਵੀ ਨਹੀਂ ਕਹਿਣ ਵਾਲਾ ਬਲਵੀਰ ਸਿੰਘ ਸਾਡਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੇ ਚਿਹਰੇ ਨੂੰ ਤੁਸੀਂ ਆਪਣੀ ਸਕਰੀਨ 'ਤੇ ਦੇਖਿਆ, ਇਹ ਬਜ਼ੁਰਗ ਨੂੰ ਸਾਡੇ ਕੋਲ ਇਹ ਵੀਰ ਜੀ ਹੁਣੀ ਲੁਧਿਆਣੇ ਜ਼ਿਲ੍ਹੇ ਦਾ ਸਾਡਾ ਕਸਬਾ ਕਿਸਾਨੇ ਵਾਲਾ, ਉੱਥੋਂ ਬਜ਼ੁਰਗ ਨੂੰ ਲੈ ਕੇ ਆਏ ਨੇ। ਆਪਾਂ ਬਾਪੂ ਨਾਲ ਗੱਲ ਵੀ ਕਰਦੇ ਹਾਂ, ਪੁੱਛਦੇ ਹਾਂ ਬਾਪੂ ਆਪਦਾ ਕੀ ਨਾਂ ਪਤਾ ਦੱਸਦੇ ਆ। ਵੀਰ ਜੀ ਉਹਨਾਂ ਦਾ ਵੀ ਧੰਨਵਾਦ ਆ, ਆਪਦੇ ਵਿਹਾਵ 'ਤੇ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਇਸ ਬਜ਼ੁਰਗ ਦਾ ਘਰ ਲੱਭਣ ਲਈ ਜਾਂ ਪਰਿਵਾਰ ਲੱਭਣ ਲਈ, ਪਰ ਜਦੋਂ ਕੋਈ ਰਾਹ ਨਾ ਮਿਲਿਆ। ਸਾਡੇ ਸੁਪਨਿਆਂ ਦੇ ਘਰ ਨਾਲ ਜੁੜੇ ਹੋਏ ਨੇ ਵੀਰ ਜੀ ਹੁਣੀ, ਵੀਡੀਓ ਵੀ ਦੇਖਦੇ ਨੇ, ਆਉਂਦੇ ਵੀ ਰਹਿੰਦੇ ਨੇ, ਇਹਨਾਂ ਦੇ ਫੈਮਿਲੀ ਮੈਂਬਰ ਵੀ ਇੱਥੇ ਜੋ ਵੀ ਤਿਲ ਫੁੱਲ ਕੋਈ ਦੇ ਸਕਦੇ ਆ ਸਾਡੇ ਕੋਲ ਆ ਕੇ ਮਦਦ ਕਰਦੇ ਨੇ। ਉਸੇ ਕੜੀ ਦੇ ਵਿੱਚ ਫਿਰ ਜਦੋਂ ਅੱਜ ਕੋਈ ਰਾਹ ਨਾ ਲੱਭੇ ਆ, ਕਈ ਦਿਨਾਂ ਤੋਂ ਕੋਸ਼ਿਸ਼ਾਂ ਜਾਰੀ ਸੀਗੀਆਂ, ਤਾਂ ਸਾਡੇ ਕੋਲ ਲੈ ਕੇ ਆਏ ਆ। ਕਾਲਪੁਰਖੋ ਵਾਹਿਗੁਰੂ ਇਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ। ਅਸੀਂ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਇਹਨਾਂ ਨੇ ਇੱਕ ਭਾਵਨਾ ਅਤੇ ਚੰਗੀ ਸੋਚ ਨਾਲ ਉਹਦੇ ਹਾਲਾਤਾਂ ਨੂੰ ਸਮਝਦੇ ਹੋਏ ਪਛਾਣਦੇ ਹੋਏ, ਕਿਉਂਕਿ ਪੱਕਾ ਟਿਕਾਣਾ ਉੱਥੇ ਕੋਈ ਨਹੀਂ, ਵੀਰ ਜੀ ਹੁਣੀ ਵੀ ਪਰਿਵਾਰਾਂ ਵਾਲੇ ਆ, ਉੱਥੇ ਕੋਈ ਉੱਦਾਂ ਦਾ ਪ੍ਰਬੰਧ ਨਹੀਂ ਹੈ ਰੱਖਣ ਦਾ, ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਾਡੇ ਕੋਲ ਲੈ ਕੇ ਆਏ ਨੇ। ਵੀਰ ਜੀ ਹੁਣੀ ਦੱਸਦੇ ਆ ਵੀ ਲੱਤ 'ਤੇ ਜ਼ਖਮ ਵੀ ਆ, ਬਾਪੂ ਦੀ ਸਰੀਰਕ ਹਾਲਤ ਆ ਜਿਹੜੀ ਉਹ ਕਮਜ਼ੋਰ ਆ। ਬਾਪੂ ਕੀ ਨਾਮ ਆ ਤੁਹਾਡਾ? ਬਲਵੀਰ ਸਿੰਘ। ਬਲਵੀਰ ਸਿੰਘ, ਹਾਂਜੀ। ਕਿਹੜਾ ਪਿੰਡ ਆ ਤੁਹਾਡਾ? ਜੱਦੀ ਪੁਰਾਣਾ ਪਿੰਡ ਕਿਹੜਾ ਵਾ? ਸੰਗਤਪੁਰ। ਇਹ ਕਿੱਥੇ ਆ ਜੀ? ਫਗਵਾੜੇ ਕੋਲ। ਫਗਵਾੜੇ ਕੋਲ। ਜ਼ਿਲ੍ਹਾ ਕਿਹੜਾ ਪੈਂਦਾ? ਜਲੰਧਰ। ਜਲੰਧਰ। ਬਾਪੂ ਦਾ ਕੀ ਨਾਮ? ਬਾਪੂ ਤੁਹਾਡੇ ਫਾਦਰ ਦਾ? ਗੁਰਦਿਆਲ ਸਿੰਘ। ਗੁਰਦਿਆਲ ਸਿੰਘ। ਕਿੰਨੇ ਭਰਾ ਹੋ ਤੁਸੀਂ? ਤਿੰਨ ਭਰਾ। ਦੂਸਰੇ ਭਰਾਵਾਂ ਦਾ ਕੀ ਨਾਮ ਜੀ? ਇੱਕ ਪਿਆਰਾ ਸਿੰਘ। ਓਕੇ। ਇੱਕ ਬਲਦੇਵ ਸਿੰਘ। ਉਹ ਕੀ ਕਰਦੇ ਨੇ? ਉਹ ਕੰਮ ਕਰਦੇ ਰਹਿੰਦੇ ਆ। ਰੋਟੀ ਕਿੱਥੇ ਰਹਿੰਦੇ ਨੇ? ਘਰੇ ਰਹਿੰਦੇ ਆ। ਨਹੀਂ, ਉੱਥੇ ਰਹਿੰਦੇ ਨੇ? ਪਿੰਡ ਹੀ? ਪਿੰਡ ਹੀ ਰਹਿੰਦੇ ਆ। ਓਕੇ, ਹਾਂਜੀ। ਉਹਨਾਂ ਨਾਲ ਰਾਬਤਾ ਹੈ ਨਹੀਂ ਕੋਈ? ਉਹਨਾਂ ਦਾ ਕੋਈ ਫੋਨ ਨੰਬਰ ਨਹੀਂ ਯਾਦ ਤੁਹਾਨੂੰ? ਹੈ ਨਹੀਂ ਮੇਰੇ ਕੋਲ ਨੰਬਰ। ਕਿਹੜਾ ਪਿੰਡ ਦੱਸਿਆ? ਸੰਗਤਪੁਰ। ਸੰਗਤਪੁਰ। ਸੰਗਤਪੁਰ ਪਿੰਡ ਦੱਸਦਾ ਜੀ ਬਾਪੂ, ਫਗਵਾੜੇ ਸ਼ਹਿਰ ਦੇ ਨਾਲ, ਜ਼ਿਲ੍ਹਾ ਜਲੰਧਰ ਦੱਸਦੇ ਆ। ਜੇ ਕੋਈ ਇਸ ਚਿਹਰੇ ਨੂੰ ਪਛਾਣਦਾ ਵਾ ਤਾਂ ਸਾਡੇ ਇਹਨਾਂ ਦਿੱਤੇ ਨੰਬਰਾਂ 'ਤੇ ਜ਼ਰੂਰ ਸੰਪਰਕ ਕਰਿਓ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਆਪਾਂ ਇਹਨਾਂ ਦਾ ਘਰ ਲੱਭ ਸਕੀਏ, ਇਹਨਾਂ ਦੇ ਪਰਿਵਾਰ ਤੱਕ ਪਹੁੰਚ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਪੂ ਬਲਵੀਰ ਸਿੰਘ ਜੀ, ਬਾਪੂ ਜੀ ਆਪਣਾ ਨਾਂ ਬਲਵੀਰ ਸਿੰਘ ਦੱਸਦੇ ਨੇ। ਬਾਪੂ ਕਹਿੰਦੇ ਇੱਕ ਭਰਾ ਮੇਰਾ ਪਿਆਰਾ ਸਿੰਘ ਆ,
ਤੇ ਇੱਕ ਭਿਆ ਦਾ ਨਾਂ ਕੀ ਹੈ ਬਾਪੂ? ਦੂਜੇ ਵੱਡੇ ਦਾ ਕੀ ਨਾਂ? ਵੱਡੇ ਦਾ ਨਾਂ ਬਿਆ ਪਿਆਰਾ ਸਿੰਘ, ਛੋਟੇ ਦਾ ਬਲਦੇਵ ਸਿੰਘ। ਬਲਦੇਵ ਸਿੰਘ ਆ। ਪਿਤਾ ਜੀ ਦਾ ਕੀ ਨਾਂ ਸੀ? ਗੁਰਦਿਆਲ ਸਿੰਘ। ਗੁਰਦਿਆਲ ਸਿੰਘ। ਪਿੰਡ ਤੁਹਾਡਾ? ਸੰਗਤਪੁਰਾ। ਸੰਗਤਪੁਰਾ ਪਿੰਡ ਸੀ? ਪਿੰਡ ਸੀਗੇ ਨਾ, ਨਹੀਂ ਸੰਗਤਪੁਰ ਨਹੀਂ ਸੀਗਾ ਇਹਦਾ, ਮੈਂ ਚੇਤਾ ਭੁੱਲ ਗਿਆ ਕਿਹੜਾ। ਬੰਗਿਆਂ ਦਾ ਕੋਲ ਆ। ਤੁਹਾਡਾ ਪਿੰਡ? ਪਾਪੇ ਦਾ। ਪਾਪੇ ਦਾ ਪਿੰਡ। ਬੰਗਿਆਂ ਦੇ ਕੋਲ ਕਿਹੜਾ ਪਿੰਡ ਸੀ ਪਾਪੇ ਦਾ? ਬੰਗਿਆਂ ਦਾ ਕੋਲ ਜਿਹੜਾ ਪਾਪਾ ਤੇ ਮੇਰੀ ਮੇਰੀ ਬੀਬੀ ਸੀਗੀ ਰੱਖੀ। ਕਿਹੜੇ ਪਿੰਡ? ਖੜਕੜਾ। ਹੈਂ? ਖੜਕੜਾ ਝੰਡਾ ਜੀ ਭਗਤ ਸਿੰਘ। ਭਗਤ ਸਿੰਘ ਜੀ ਦੇ ਪਿੰਡ ਖੜਕੜ ਕਲਾਂ। ਹਾਂਜੀ। ਅੱਛਾ, ਉਹ ਪਿੰਡ ਦਾਦਕੇ ਪਿੰਡ ਤੁਹਾਡੇ ਉਹ ਆ। ਅੱਛਾ। ਤੇ ਬਾਪੂ ਜੀ ਨਾ ਕੱਲ ਸਾਹਨੇਵਾਲ ਤੋਂ ਮਿਲੇ। ਸਾਹਨੇਵਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰੂ ਘਰ ਦੇ ਬਾਹਰ ਜੀ ਟੀ ਰੋਡ ਦੇ ਉੱਪਰ। ਬਾਪੂ ਜੀ ਅੱਜ ਤੋਂ 5-6 ਦਿਨ ਪਹਿਲਾਂ ਰਾਤ ਨੂੰ ਬਹੁਤ ਬੁਰੀ ਹਾਲਤ ਚ ਪਏ ਸੀ। ਗੰਦੇ ਕੱਪੜੇ ਪਾਏ ਹੋਏ, ਹੱਥ ਪੈਰ ਸੁੱਜੇ ਹੋਏ, ਪੈਰਾਂ ਤੇ ਸੱਟ ਲੱਗੀਆਂ ਹੋਈਆਂ ਦੋਨੇ ਲੱਤਾਂ ਤੇ। ਉੱਥੇ ਸੁਖਦੇਵ ਸਿੰਘ ਬਾਈ ਜੀ, ਕੁਲਵਿੰਦਰ ਸਿੰਘ, ਉਹਨਾਂ ਵੀਰਾਂ ਨੇ ਬਾਪੂ ਜੀ ਨੂੰ ਚੁੱਕਿਆ। ਚਮਕੌਰ ਸਿੰਘ ਚੱਕ ਕੇ ਗੁਰੂ ਘਰ ਲੈ ਗਏ। ਉੱਥੇ ਬਾਪੂ ਦਾ ਇਸ਼ਨਾਨ ਪਾਣੀ ਕਰਾਇਆ। ਬਾਪੂ ਜਦੋਂ ਪੰਜਾਬੀ ਬੋਲਦੇ ਸੀ, ਆਪਣਾ ਨਾਮ ਬਲਵੀਰ ਸਿੰਘ ਦੱਸਦੇ ਸੀ। ਉਹਨਾਂ ਵੀਰਾਂ ਨੇ ਸੋਚਿਆ ਵੀ ਘਰੋਂ ਗੁੰਮਿਆ ਲੱਗਦਾ, ਚਲੋ ਘਰ ਲੱਭ ਲੈਂਦੇ ਹਾਂ। ਬਾਪੂ ਜੀ ਤੋਂ ਐਡਰੈਸ ਪੁੱਛਿਆ। ਬਾਪੂ ਜੀ ਨੇ ਆਪਣਾ ਪਿੰਡ ਸੰਗਤਪੁਰਾ ਦੱਸਿਆ, ਜਾਂ ਜਿਵੇਂ ਬਾਪੂ ਜੀ ਹੁਣ ਖਟਕੜਾਂ ਵੀ ਦੱਸ ਰਹੇ ਨੇ। ਫਿਰ ਉਹਨਾਂ ਨੇ ਸੰਗਤਪੁਰੇ ਲੱਭਿਆ ਬਹੁਤ। ਅਖੀਰ ਫਗਵਾੜੇ ਕੋਲ ਇੱਕ ਸੰਗਤਪੁਰੇ ਬਾਪੂ ਦਾ ਪਤਾ ਲੱਗਿਆ ਵੀ ਇੱਥੇ ਬਾਪੂ ਦਾ ਪਿੰਡ ਆ। ਉੱਥੇ ਪਿੰਡ ਦੇ ਸਰਪੰਚ ਨਾਲ ਗੱਲ ਹੋਈ, ਉਹ ਕਹਿੰਦੇ ਵੀ 40 ਸਾਲ ਪਹਿਲਾਂ ਇਹ ਪਰਿਵਾਰ ਇੱਥੋਂ ਮਾਈਗ੍ਰੇਟ ਕਰ ਚੁੱਕਿਆ ਵਾ। ਉਸ ਤੋਂ ਬਾਅਦ ਬਾਪੂ ਜੀ ਨੂੰ ਇਹ ਨਹੀਂ ਪਤਾ ਸੀਗਾ ਵੀ ਮੈਂ ਕਿੱਥੇ ਰਹਿੰਦਾ ਸੀ। ਭਰਾ ਲੁਧਿਆਣੇ ਰਹਿੰਦਾ, ਕਿੱਥੇ ਰਹਿੰਦਾ ਇਹ ਨਹੀਂ ਪਤਾ। ਭੈਣ ਇਹਨਾਂ ਦੀ ਇੱਕ ਜਲੰਧਰ ਵਿਆਹੀ ਹੋਈ ਆ। ਘਰ ਇੱਟਾਂ, ਬਾਪੂ ਕਹਿੰਦਾ ਪੂਰੇ ਬੱਟੇ ਪਾਏ ਹੋਏ ਸੜਕ ਤੇ। ਪਹਿਲਾਂ ਕੋਟਲੀ ਥਾਨ ਸਿੰਘ ਜੀ ਵਿਆਹੀ ਸੀਗੀ। ਕੋਟਲੀ ਥਾਨ ਸਿੰਘ? ਹਾਂਜੀ। ਉੱਥੋਂ ਵੀ ਉਹ ਕਿਰਾਏ ਤੇ ਦਿੱਤਾ ਆ। ਫਿਰ ਕਹਿੰਦੇ ਜਲੰਧਰ ਆ ਗਏ। ਅੱਛਾ, ਜਲੰਧਰ ਕਿਹੜੇ ਮੁਹੱਲੇ ਚ ਰਹਿੰਦੇ ਆ? ਜਲੰਧਰ, ਜਲੰਧਰ ਮੇਰੇ ਉੱਥੇ ਕੋਠੀ ਬਹੁਤ ਵੱਡੀ ਬਣਾਈ ਆ। ਕਿਹੜਾ ਮੁਹੱਲਾ ਜਾਂ ਕੁਛ ਪਤਾ ਐਡਰੈਸ ਕੋਈ? ਇਹਨਾਂ ਦਾ ਘਰ ਬਹੁਤ ਵੱਡਾ ਆ। ਇਹਨਾਂ ਦਾ ਗੇਟ ਵਾ, ਇਹਦਾ ਨੰਬਰ ਆ 104 ਨੰਬਰ। ਘਰ ਦਾ ਨੰਬਰ? ਮੁਹੱਲੇ ਦਾ ਨਾਂ ਨੀ ਪਤਾ। ਮੁਹੱਲੇ ਦਾ ਪਤਾ ਨੀ ਹੁੰਦਾ। ਠੀਕ ਆ। ਭੈਣ ਦਾ ਕੀ ਨਾਂ ਤੁਹਾਡੀ ਦਾ? ਸੁਰਿੰਦਰ ਕੌਰ। ਸੁਰਿੰਦਰ ਕੌਰ। ਜੀਜਾ ਜੀ ਦਾ ਕੀ ਨਾਂ? ਉਹ ਕੋਟਲੀ ਥਾਨ ਸਿੰਘ ਜੀ ਸੀ, ਉਹ ਖਰਾਦ ਦਾ ਕੰਮ ਕਰਦਾ ਸੀਗਾ, ਉਹ ਮਰ ਗਿਆ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਖੁਰਾਕ ਦਾ ਕੰਮ ਕਰਦਾ ਸੀਗਾ, ਉਹਦਾ ਨਿਰਮਲ ਸਿੰਘ। ਨਿਰਮਲ ਸਿੰਘ। ਤੇ ਬੁੱਢੇ ਬਾਰੇ ਬਾਪੂ ਬਲਵੀਰ ਸਿੰਘ ਅੱਜ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਆ। ਬਾਪੂ ਕਹਿੰਦਾ 5 ਭਤੀਜੇ ਆ ਮੇਰੇ ਲੁਧਿਆਣੇ ਸ਼ਹਿਰ ਚ, ਮੇਰਾ ਭਰਾ ਰਹਿੰਦਾ, ਉਹਨਾਂ ਨੇ ਮੈਨੂੰ ਘਰੋਂ ਕੱਢਤਾ। ਉਹ ਕਹਿੰਦੇ ਵੀ ਅਸੀਂ ਤੈਨੂੰ ਰੱਖ ਨਹੀਂ ਸਕਦੇ, ਵੀ ਤੂੰ ਜਾ ਜਿੱਥੇ ਮਰਜ਼ੀ। ਕਹਿੰਦਾ ਮੇਰਾ ਵਿਆਹ ਹੋਇਆ ਸੀਗਾ ਪਰ ਮੇਰੇ ਬੱਚਾ ਨਹੀਂ ਸੀ ਹੋਇਆ ਕੋਈ। ਤੇ ਬਾਪੂ ਤੇਰੀ ਘਰ ਵਾਲੀ ਕਿੱਥੇ ਆ?
ਉਹ ਆਪਣੇ ਭਰਾਵਾਂ ਕੋਲ ਰਹਿੰਦੀ ਹੈ ਇੱਥੇ ਜਲੰਧਰ। ਤੂੰ ਕਦੋਂ ਨਹੀਂ ਰੱਖਿਆ ਉਹਨੂੰ? ਉਹ ਮੇਰੇ ਕੋਲ ਨਿਆਲਾ ਨਿੱਕਾ ਨਹੀਂ ਹੁੰਦਾ ਸੀ, ਮੈਂ ਦਵਾਈ ਦੁਈ ਉਹਨੇ ਮੈਨੂੰ ਖਿਲਾਈ ਆ, ਮੈਂ ਦਵਾਈ ਖਾਂਦਾ ਰਿਹਾ, ਮੈਂ ਨਹੀਂ ਦਵਾਈ ਖਾ ਲੈਂਦਾ ਵੀ ਨਿਕਲ ਜਾਂਦੀ ਸੀ ਦਵਾਈ। ਤੇ ਬਾਪੂ ਤੂੰ ਨਸ਼ਾ ਵੀ ਕਰਦਾ ਸੀ ਕੋਈ? ਨਹੀਂ, ਘਰੇ ਲੜਦਾ ਸੀ ਬੇਬੇ ਨਾਲ ਨਸ਼ਾ ਕਰਕੇ ਸ਼ਰਾਬ ਪੀ ਕੇ? ਨਹੀਂ ਲੜਦਾ ਨਹੀਂ। ਝੂਠ ਨਹੀਂ ਬੋਲਣਾ? ਨਹੀਂ ਨਹੀਂ, ਮੈਂ ਕੁਛ ਨਹੀਂ ਕਹਿੰਦਾ। ਕੀ ਨਾਂ ਸੀ ਤੇਰੀ ਘਰ ਵਾਲੀ ਦਾ? ਕੀ ਨਾਂ ਸੀ ਬਾਪੂ? ਰਿਸ਼ਪਾਲ ਕੌਰ। ਰਿਸ਼ਪਾਲ ਕੌਰ, ਵਿਚਾਰੀ ਕੱਲੀ ਰਹਿੰਦੀ ਪੇਕੇ ਹੁਣ? ਪਹਿਲਾਂ ਰਿਸ਼ਪਾਲ ਕੌਰ, ਫਿਰ ਇਹਨੂੰ ਸਾਦੇ ਸੀ ਗੁੱਡੇ। ਗੁੱਡੀ? ਗੁੱਡੇ 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 ਇਹਨੂੰ ਸਾਦੇ ਸੀ। ਤੇ ਗੁੱਡੇ ਨੂੰ ਕਿਤੇ ਮਿਲਿਆ ਹੁਣ ਤੂੰ? ਹਾਂਜੀ। ਗੁੱਡੇ ਨੂੰ ਮਿਲਿਆ ਕਦੋਂ ਸੀ ਤੂੰ? ਨਹੀਂ। ਕਿੰਨੇ ਸਾਲ ਹੋ ਗਏ? 11 ਸਾਲ ਹੋ ਗਏ ਹੁਣ। ਫਿਰ ਇੰਨੇ ਸਾਲ ਤੂੰ ਕਿੱਥੇ ਰਿਹਾ? ਉਹ ਜਲੰਧਰੇ ਰਿਹਾ, ਉੱਥੇ ਜਲੰਧਰੇ ਫਿਰਦੀ ਆ, ਭਰਾਵਾਂ ਭਰਾਵਾਂ ਕੋਲ। ਤੇ ਤੂੰ ਕਿੱਥੇ ਰਿਹਾ ਇੰਨੇ ਸਾਲ? ਮੈਂ ਵੀ ਤੁਰਿਆ ਫਿਰਦਾ ਰਿਹਾ। ਕਿੱਥੇ? ਮੈਂ ਜਲੰਧਰ ਲੱਭਦਾ ਫਿਰਦਾ, ਘਰ ਮੈਨੂੰ ਲੱਭਦਾ ਨਹੀਂ ਸੀਗਾ। ਲੱਭਦਾ ਨਹੀਂ ਸੀ ਉਹ ਇੰਨੇ ਸਾਲ? ਬਾਪੂ ਤੂੰ ਕੀ ਕੰਮ ਕੀਤਾ? ਕੁਛ ਨਹੀਂ ਕੀਤਾ ਮੈਂ ਕੰਮ। ਤੇ ਰੋਟੀ ਪਾਣੀ ਕਿੱਥੋਂ ਖਾਂਦਾ ਸੀ? ਰੋਟੀ ਵੀ ਨਹੀਂ ਖਾਂਦਾ ਸੀਗਾ, ਰੋਟੀ ਦੇ ਦਿੰਦਾ ਖਾ ਲੈਂਦਾ ਸੀ, ਨਾਨੀ ਮੈਂ ਤੁਰ ਪੈਂਦਾ ਸੀ, ਪਾਣੀ ਪੀ ਲੈਂਦਾ ਸੀਗਾ। ਐ ਸੜਕਾਂ ਤੇ ਰਿਹਾ? ਹਾਂ, ਸੜਕਾਂ ਤੇ ਤੁਰਿਆ ਫਿਰਦਾ ਰਹਿੰਦਾ ਸੀ ਇੰਨੇ ਸਾਲਾਂ ਦਾ। ਨਹੀਂ ਫਿਰ ਤੂੰ ਆਪਦੇ ਭਰਾਵਾਂ ਕੋਲ ਕਾਹਤੋਂ ਨਹੀਂ ਗਿਆ? ਬਲਦੀਪ ਸਿੰਘ ਰਹਿੰਦਾ ਸੀਗਾ, ਉਹਨੇ ਮੈਨੂੰ ਉਹ ਕਹਿੰਦਾ ਤੂੰ ਸਾਡੇ ਘਰ ਨਾ ਆਇਆ, ਕਹਿੰਦੇ ਤੈਨੂੰ ਅਸੀਂ ਰੋਟੀ ਨਹੀਂ ਦੇਣੀ ਹੈਗੀ। ਭਰਾ ਕਹਿੰਦਾ? ਹਾਂ, ਬਲਦੀਪ ਸਿੰਘ, ਇਹਦੇ 5 ਮੁੰਡੇ ਆ, 2 ਮੁੰਡੇ ਕੋਲ ਰਹਿੰਦੇ ਆ, 3 ਮੁੰਡੇ ਬਾਹਰ ਗਏ ਵਾ। ਇਹ ਗੱਲ ਉਹਨੇ ਕਦੋਂ ਕਹੀ? ਕਿੰਨਾ ਕੁ ਟਾਈਮ ਪਹਿਲਾਂ ਦੀ ਗੱਲ ਆ ਇਹ? ਬਹੁਤ ਟਾਈਮ ਹੋ ਗਿਆ ਆ। ਉਦੋਂ ਮੁੜ ਕੇ ਫਿਰ ਤੂੰ ਗਿਆ ਨਹੀਂ? ਨਹੀਂ, ਗਿਆ ਹੀ ਨਹੀਂ ਹੈਗਾ ਉਹਨਾਂ ਨੂੰ। ਪਛਾਣੋ ਵੀ ਲੋਕੋ, ਉਹ ਸਿਆਣਿਓ, ਉਹ ਸੂਝਵਾਨੋ, ਉਹ ਵੱਡਿਓ, ਮੋਹਤਵਾਰੋ, ਕੋਈ ਤਾਂ ਹੋਊਗਾ ਬਾਪੂ ਦਾ ਯਾਰ, ਕੋਈ ਚਾਚੇ ਤਾਏ ਦਾ ਪੁੱਤ, ਕੋਈ ਮਾਮੇ ਭੂਆ ਦਾ ਪੁੱਤ, ਕੋਈ ਮਾਸੀ ਦਾ ਪੁੱਤ, ਕੋਈ ਭੈਣ ਹੋਊ ਬਾਪੂ ਦੀ। ਸਾਰੇ ਰਿਸ਼ਤੇਦਾਰੀ ਖਤਮ ਹੋ ਗਏ ਬਾਈ। ਅੱਜ ਬਲਵੀਰ ਸਿੰਘ ਲਵਾਰਸ ਹੋ ਗਿਆ, ਪੰਜਾਬ ਦੇ ਵਿੱਚ ਜੰਮਿਆ ਜਾਇਆ, ਪੰਜਾਬ ਦਾ ਇਹ ਬਾਪੂ ਬਜ਼ੁਰਗ, ਵਿਆਹ ਵੀ ਹੋਇਆ, ਭੈਣਾਂ ਭਰਾਵਾਂ ਦੇ ਵਿਆਹਾਂ ਤੇ ਵੀ ਗਿਆ ਹੋਊ, ਵਿਆਹ ਸ਼ਾਦੀਆਂ ਵੀ ਕੀਤੀਆਂ ਹੋਣਗੀਆਂ, ਮਾਂ ਬਾਪ ਦਾ ਵੀ ਪੁੱਤ ਆ, ਭਰਾਵਾਂ ਦਾ ਭਰਾ, ਭਤੀਜਿਆਂ ਦਾ ਚਾਚਾ, ਭਤੀਜਿਆਂ ਦਾ ਤਾਇਆ। ਅੱਜ ਕੋਈ ਵੀ ਇੱਕ ਬੰਦਾ ਵੀ ਨਹੀਂ ਕਹਿਣ ਵਾਲਾ ਬਲਵੀਰ ਸਿੰਘ ਸਾਡਾ ਵਾ, ਅਸੀਂ ਬਲਵੀਰ ਸਿੰਘ ਦੇ ਹਾਂ। ਸਮਝੋ ਯਾਰ ਬਾਈ, ਸਮਝੋ ਬਾਈ, ਇਹ ਤੁਹਾਡੇ ਆਸ ਪਾਸ ਹੀ ਰਹਿੰਦੇ ਨੇ ਲੋਕ, ਇਹ ਕਿਸੇ ਹੋਰ ਗ੍ਰਹਿ ਤੋਂ ਨਹੀਂ ਆਏ ਹੋਏ। ਇਹ ਸਾਹਨੇ ਵਾਲ ਗੁਰੂ ਸਾਹਿਬ ਦੇ ਘਰ ਦੇ ਬਾਹਰ ਬਾਈ ਇੰਨੀ ਬੁਰੀ ਹਾਲਤ 'ਚ ਪਿਆ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਚਮਕੌਰ ਸਿੰਘ ਵਰਗੇ ਬੰਦਿਆਂ ਨੂੰ ਤਰਸ ਆ ਗਿਆ ਇਹਦੇ 'ਤੇ, ਜਿਹੜੇ ਇਹਦੇ ਕੁਛ ਨਹੀਂ ਸੀ ਲੱਗਦੇ, ਉਹ ਇੱਥੇ ਸੁਪਨਿਆਂ ਦੇ ਘਰ ਤੱਕ ਲੈ ਆਏ। ਪਹਿਲਾਂ 5-7 ਦਿਨ ਉਹਨਾਂ ਨੇ ਸਾਂਭਿਆ ਉੱਥੇ ਆਪਦੇ ਕੋਲੇ। ਅਤੇ ਬਾਈ ਜਿਨ੍ਹਾਂ ਦਾ ਇਹ ਹੈਗਾ ਬਾਪੂ, ਉਹਨਾਂ ਨੂੰ ਜਮਾਂ ਹੀ ਨਹੀਂ ਸਮਝ ਆਈ ਹਜੇ, ਉਹਨਾਂ ਨੂੰ ਜਮਾਂ ਹੀ ਤਰਸ ਨਹੀਂ ਆ ਰਿਹਾ ਇਹਦੇ 'ਤੇ। ਬੁੱਢੇ ਬਾਰੇ ਵਿਚਾਰਾ ਵਿੱਚੇ ਹੀ ਟੋਇਲਟ ਕਰ ਰਿਹਾ। ਅਸੀਂ ਤੁਹਾਨੂੰ ਵੀ ਬੇਨਤੀ ਕਰਦੇ ਹਾਂ, ਲੈ ਕੇ ਨਾ ਜਾਇਓ ਇਹਨੂੰ, ਮਿਲ ਤਾਂ ਜਾਓ, ਸਾਂਭਿਓ ਨਾ ਇਹਨਾਂ ਨੂੰ, ਮਿਲ ਤਾਂ ਜਾਓ।
ਤੇ ਬਲਵੀਰ ਸਿੰਘ ਵਰਗੇ ਲੋਕ ਆਪਦੇ ਹੀ ਪੰਜਾਬ ਦੇ ਵਿੱਚ ਆਪਦਿਆਂ ਦੇ ਵਿੱਚ ਹੀ ਲਵਾਰਸ ਘੁੰਮਦੇ ਨੇ। ਬਸ ਵਾਹਿਗੁਰੂ ਜੀ ਅੱਗੇ ਅਰਦਾਸ ਕਰਿਓ ਵੀ ਅਸੀਂ ਬਾਪੂ ਬਲਵੀਰ ਸਿੰਘ ਜੀ ਦੀ ਸੇਵਾ ਸੰਭਾਲ ਕਰ ਸਕੀਏ ਤੇ ਬਾਪੂ ਬਲਵੀਰ ਸਿੰਘ ਜੀ ਦੇ ਘਰ ਪਰਿਵਾਰ ਬਾਰੇ ਪਤਾ ਲੱਗ ਸਕੇ, ਇਹਨਾਂ ਨੂੰ ਕੋਈ ਪਹਿਚਾਣ ਸਕੇ। ਪਲੀਜ਼ ਵੀਡੀਓ ਨੂੰ ਸ਼ੇਅਰ ਕਰਿਓ, ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ ਤਾਂ ਜੋ ਚਮਕੌਰ ਸਿੰਘ ਦਾ, ਕੁਲਵਿੰਦਰ ਸਿੰਘ ਦਾ, ਸੁਖਦੇਵ ਸਿੰਘ ਦਾ ਕੀਤਾ ਉਪਰਾਲਾ ਸਫਲ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।